ਭਾਖਵਾਂ ਮਸਲਾ ਇੱਕ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਹੈ, ਜਿਨ੍ਹਾਂ ਨੂੰ ਦਹਾਕਿਆਂ ਬੱਧੀ, ਜਿਨ੍ਹਾਂ ਦੀ ਰਿਪੋਰਟ ਸਰਕਾਰਾਂ ਨੇ ਦਬਾ ਕੇ ਰੱਖੀ। ਭਾਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਚੰਨੀ ਸੀ, ਉਸ ਤੋਂ ਬਾਅਦ ਹੁਣ ਸਰਦਾਰ ਭਗਵੰਤ ਸਿੰਘ ਹੈ, ਹਾਲੇ ਤੱਕ ਇਹਨਾਂ ਨੇ ਵੀ ਕੁਝ ਨਹੀਂ ਕੀਤਾ। ਸੋ ਹੁਣ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਉਹ ਲਾਮਬੰਦ ਹੋਈਆਂ, ਸੰਗਤਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਔਰ ਰੋਸ ਹੈ ਕਿ ਸਾਡੇ ਐਨ ਕਰਨੀ ਕਮਾਈ ਵਾਲੇ, ਨਿਤਨੇਮੀ ਦ੍ਰਿੜਤਾ ਵਾਲੇ, ਸੱਚ 'ਤੇ ਸੁੱਚ 'ਤੇ ਪਹਿਰਾ ਦੇਣ ਵਾਲੇ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ ਨੂੰ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਹੁੰਦਿਆਂ ਪੰਜਾਬ ਦੀਆਂ ਸਰਕਾਰਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ, ਵੱਢ ਕੇ ਦਰਿਆ ਵਿੱਚ ਰੋੜਿਆ, ਅਤੇ ਉਹਦੀ ਹਵਾ ਨਾ ਨਿਕਲ ਦਿੱਤੀ ਜਾਵੇ, ਉਹਦੀ ਭਾਫ ਨਾ ਨਿਕਲ ਦਿੱਤੀ ਜਾਵੇ, ਕਾਤਲਾਂ ਨੂੰ ਸਜ਼ਾ ਨਾ ਮਿਲੇ, ਅਤੇ ਜਿਨ੍ਹਾਂ ਨੇ ਰਿਪੋਰਟਾਂ ਖੁਰਦ ਬੁਰਦ ਕੀਤੀਆਂ ਉਹਨਾਂ ਨੂੰ ਕੋਈ ਸਜ਼ਾ ਨਾ ਮਿਲੇ। ਇਹ ਸਾਡੇ ਲਈ ਇੱਕ ਬਹੁਤ ਚੈਲੰਜ ਹੈ। ਇਸ ਕਰਕੇ ਹੁਣ ਸਾਰੀਆਂ ਸੰਗਤਾਂ, ਅਸੀਂ ਕਾਨੂੰਨੀ ਤੌਰ 'ਤੇ ਵੀ ਅਤੇ ਧਾਰਮਿਕ ਤੌਰ 'ਤੇ ਵੀ ਸਾਰੀਆਂ ਸੰਗਤਾਂ ਨੂੰ ਲਾਮਬੰਦ ਕਰ ਰਹੇ ਹਾਂ, ਤਾਂ ਕਿ ਉਹਨਾਂ ਨੂੰ ਜਿਹੜੇ ਦੁਸ਼ਟ ਲੋਕ ਨੇ, ਜਿਹੜੇ ਜ਼ਾਲਮ ਲੋਕ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ। ਬਾਬਾ ਜੀ, ਪੰਥ ਦੇ ਨਾਮ 'ਤੇ ਇੱਕ ਸਰਕਾਰ ਬਣਦੀ ਆ ਅਕਾਲੀ ਦਲ ਜੀ, ਅਤੇ ਅੱਜ ਮੈਂ ਤੁਸੀਂ ਜ਼ਿਕਰ ਕਰਿਆ ਗੁਰਦੇਵ ਸਿੰਘ ਜੀ ਕੌਂਕੇ ਅਤੇ ਬੰਦੀ ਸਿੰਘ ਜੀ, ਤਾਂ ਪਹਿਲਾਂ ਹੁਣ ਤੱਕ ਇਸ ਸਰਕਾਰ ਨੇ ਕੁਛ ਨਹੀਂ ਕਰਿਆ, ਕਿਉਂਕਿ ਪੰਜਾਬ ਦੇ ਉੱਪਰ ਕਾਫੀ ਲੰਮੇ ਸਮੇਂ ਤੱਕ ਇਹਨਾਂ ਨੇ ਰਾਜ ਕੀਤਾ, ਪਰ ਹੁਣ 2024 ਦੇ ਵਿੱਚ ਵੋਟਾਂ ਆ ਰਹੀਆਂ ਨੇ, ਇਹੀ ਸਰਕਾਰ ਹੁਣ ਬਿਆਨਬਾਜ਼ੀ ਕਰ ਰਹੀ ਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਚੁੱਕਾਂਗੇ। ਦੇਖੋ, ਤੁਸੀਂ ਸੋਸ਼ਲ ਮੀਡੀਆ 'ਤੇ ਆਮ ਹੀ ਇੱਕ ਘੁੰਮ ਰਹੀ ਵੀਡੀਓ ਨੂੰ ਸੁਣਦੇ ਹੋਵੋਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ, ਜਿਨ੍ਹਾਂ ਦਾ ਇੱਕ ਬਿਆਨ ਬਹੁਤ ਘੁੰਮਿਆ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੀ, ਇਹਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ। ਜਦੋਂ ਗ੍ਰਿਫਤਾਰ ਕਰ ਲਿਆ, ਉਹਨੂੰ ਡਿਬਰੂਗੜ੍ਹ ਭੇਜ ਦਿੱਤਾ, ਜਿਹੜਾ ਕਿ ਇੱਥੋਂ ਸੱਤਵੀਂ ਸਟੇਟ ਹੈ, ਸੱਤਵਾਂ ਸੂਬਾ ਹੈ। ਹੁਣ ਜਦੋਂ ਵੋਟਾਂ ਦਾ ਸਮਾਂ ਆਇਆ, ਹੁਣ ਕਹਿੰਦੇ ਸਰਕਾਰਾਂ ਉਹਨਾਂ ਨੂੰ ਕਿਉਂ ਨਹੀਂ ਛੱਡਦੀਆਂ, ਇਹ ਮਗਰਮੱਛ ਦੇ ਹੰਝੂ ਵਹਾਉਂਦੀਆਂ। ਜੇ ਚਾਹੁੰਦੇ ਤਾਂ ਜਦੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਰਿਪੋਰਟ ਆਈ ਸੀ, ਉਸੇ ਵੇਲੇ ਤੁਰੰਤ ਕਾਰਵਾਈ ਕਰਕੇ ਜਿਹੜੇ ਜ਼ਾਲਮ ਬੰਦਿਆਂ ਨੇ ਤਸ਼ੱਦਦ ਕੀਤਾ ਸੀ ਸਿੰਘ ਸਾਹਿਬ 'ਤੇ, ਉਸੇ ਵੇਲੇ ਸਜ਼ਾ ਦਿੱਤੀ ਜਾ ਸਕਦੀ ਸੀ, ਪਰ ਇਹਨਾਂ ਨੇ ਸਮਾਂ ਲੰਘਾਇਆ, ਵਾਰ ਵਾਰ ਪੰਥ ਦੇ ਨਾਂ 'ਤੇ ਗੁੰਮਰਾਹ ਕੀਤਾ। ਹੁਣ ਜਦੋਂ ਸਭ ਕੁਝ ਸਾਹਮਣੇ ਆ ਗਿਆ, ਇੱਥੇ ਇਦੋਂ ਵੀ ਵੱਡੀਆਂ ਗੱਲਾਂ ਹੋਈਆਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਰੁਲ ਗਏ, ਜੇ ਰੋਸ ਪ੍ਰਦਰਸ਼ਨ ਕੀਤਾ ਸੰਗਤਾਂ ਨੇ ਤਾਂ ਸ਼ਾਂਤਮਈ ਸੰਗਤਾਂ ਦੇ ਉੱਪਰ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕਰ ਦਿੱਤੇ ਗਏ, ਅਤੇ ਜੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਸਰਕਾਰ ਵਿੱਚ ਵੱਡੇ ਗੁਨਾਹ ਹੋਏ ਨੇ, ਤੁਸੀਂ ਇਸ ਗੱਲ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਮੰਗੋ, ਤਾਂ ਮਾਫ਼ੀ ਮੰਗਣ ਨੂੰ ਤਿਆਰ ਨਹੀਂ। ਤਾਂ ਇਸੇ ਕਰਕੇ ਸੰਗਤਾਂ ਨੇ ਰੋਸ ਵਜੋਂ, ਕਿੱਥੇ ਜਦੋਂ ਇੱਥੇ ਪੰਜਾਬ ਦੀ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਹੈ, ਜੇ ਆਪੋਜੀਸ਼ਨ ਦੇ ਵਿੱਚ ਵੀ ਹੁੰਦੇ ਤਾਂ ਘੱਟੋ ਘੱਟ 45-46 ਸੀਟਾਂ ਇਹਨਾਂ ਦੀਆਂ ਹੁੰਦੀਆਂ। ਹੁਣ ਸਰਕਾਰ ਸੰਗਤਾਂ ਨੇ ਰੋਸ ਵਜੋਂ ਕੇਵਲ ਸਰਕਾਰ ਤੋਂ ਬਾਹਰ ਹੀ ਨਹੀਂ ਕੀਤਾ, ਇਹਨਾਂ ਨੂੰ ਰਾਜਨੀਤਿਕ ਹਾਸ਼ੀਏ ਤੋਂ ਹੀ ਬਾਹਰ ਕੱਢ ਦਿੱਤਾ। ਦੋ ਹੀ MLA ਹੈ, ਇੱਕ ਤਾਂ ਬਸਪਾ ਦਾ ਹੈ, ਦੋ ਇਹਨਾਂ ਦੇ ਨੇ। ਹੁਣ 117 'ਚ ਦੋ ਹੀ MLA ਰਹਿ ਗਏ। ਨੈਤਿਕਤਾ ਦੇ ਤੌਰ ਦੇ ਉੱਪਰ ਵੀ ਜੇ ਪ੍ਰਧਾਨ ਅਸਤੀਫਾ ਨਹੀਂ ਦਿੰਦਾ, ਅਕਾਲ ਤਖ਼ਤ 'ਤੇ ਨਹੀਂ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਖਾਤਰ ਨਹੀਂ ਜਾਂਦਾ, ਜੇ ਅਸੀਂ ਗੱਲ ਕਰਦੇ ਹਾਂ ਤਾਂ ਜਿਵੇਂ ਕਿਹੜਾ ਮਾਰਕਾ ਮਾਰਿਆ, ਜੇ ਇਹਨਾਂ ਦੇ ਰਾਜ ਵਿੱਚ ਭਾਈ ਗੁਰਦੇਵ ਸਿੰਘ ਦਾ ਕਤਲ ਹੋਇਆ, ਕਾਤਲਾਂ ਨੂੰ ਸਜ਼ਾ ਨਹੀਂ ਮਿਲੀ, ਫਾਈਲਾਂ ਦੱਬੀਆਂ ਗਈਆਂ ਓਪਨ ਨਹੀਂ ਹੋਈਆਂ, ਇੱਥੇ ਨਾ ਕੋਈ ਪਾਣੀਆਂ ਦਾ ਮਸਲਾ ਹੱਲ ਹੋਇਆ, ਨਾ ਕੋਈ ਚੰਡੀਗੜ੍ਹ ਦਾ ਮਸਲਾ, ਨਾ ਧਰਮ ਯੁੱਧ ਮੋਰਚੇ ਦੀ ਕੋਈ ਗੱਲ ਕੀਤੀ ਗਈ, ਨਾ ਕੋਈ ਬੰਦੀ ਸਿੰਘ ਛੱਡੇ ਗਏ ਦਹਾਕਿਆਂ ਤੋਂ, 30-30 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਬੰਦ ਬੈਠੇ ਆ ਉਹਨਾਂ ਨੂੰ ਪਰੋਲ ਤੱਕ ਨਹੀਂ ਲੈਣ ਦਿੱਤੀ ਗਈ।
ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸੌਦੇ ਝੂਠੇ ਸੌਦੇ ਵਾਲੇ ਨੂੰ ਬਿਨਾਂ ਮਤਲਬ ਤੋਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ, ਅਤੇ ਫਿਰ ਕਿਹੜਾ ਕਿਹੜਾ ਐਸਾ ਮਾਰਕਾ ਸੀ ਜਿਹਦੇ ਕਰਕੇ ਉਹਨੂੰ ਪੰਥ ਰਤਨ ਫਖਰੇ ਕੌਮ ਦਿੱਤਾ ਗਿਆ। ਸੰਗਤਾਂ ਦਾ ਇਸ ਗੱਲ 'ਤੇ ਬਹੁਤ ਰੋਸ ਹੈ ਕਿ ਤੁਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਪੰਥ ਰਤਨ ਅਤੇ ਫਖਰੇ ਕੌਮ ਤੁਰੰਤ ਉਹ ਤੋਂ ਵਾਪਸ ਲੈਣਾ ਚਾਹੀਦਾ ਹੈ। ਇਹ ਬਹੁਤ ਵੱਡਾ ਅਵਾਰਡ ਸਨਮਾਨ ਜਿਹੜਾ ਹੈ ਇਹ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਦੇਣਾ ਚਾਹੀਦਾ, ਜਿਹੜੇ ਇਸ ਅਵਾਰਡ ਲਈ ਡਿਜ਼ਰਵ ਕਰਦੇ ਨੇ, ਜਿਹੜੇ ਇਹਦੇ ਹੱਕਦਾਰ ਨੇ। ਉਹਨਾਂ ਬੰਦਿਆਂ ਨੂੰ ਇਹੋ ਜਿਹੇ ਅਵਾਰਡ ਦੇ ਦੇਣੇ ਸਿਰਫ ਇਸ ਕਰਕੇ ਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ SGPC ਦੇ ਮੈਂਬਰਾਂ ਰਾਹੀਂ ਸਾਨੂੰ ਇੱਥੇ ਅਕਾਲ ਤਖਤ ਸਾਹਿਬ ਦੀ ਸੱਤਾ 'ਤੇ ਬਿਠਾਇਆ ਹੈ, ਸਾਨੂੰ ਜਥੇਦਾਰ ਬਣਾਇਆ ਹੋਇਆ, ਸਾਨੂੰ ਪਦਵੀਆਂ ਦਿੱਤੀਆਂ। ਨਹੀਂ, ਸਿੱਖ ਪੰਥ ਦਾ ਇਹ ਸਿਧਾਂਤ ਨਹੀਂ। ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅਕਾਲੀ ਫੂਲਾ ਸਿੰਘ ਨੂੰ ਤਾਂ ਬਣਾਇਆ ਸੀ ਪੰਥ ਨੇ, ਪਰ ਉਹਨੇ ਪ੍ਰਵਾਹ ਨਹੀਂ ਕੀਤੀ। ਜਦੋਂ ਜੇ ਸਿੱਖ ਪੰਥ ਦੇ ਮਹਾਰਾਜੇ ਨੇ ਵੀ ਗਲਤੀ ਕੀਤੀ ਤਾਂ ਉਹਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕਰਕੇ ਸਜ਼ਾ ਦਿੱਤੀ ਗਈ ਸੀ। ਅਤੇ ਇਸ ਕਰਕੇ ਜਥੇਦਾਰਾਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ। ਬੜੀਆਂ ਸਤਿਕਾਰਯੋਗ ਪਦਵੀਆਂ ਸਿੱਖ ਪੰਥ ਦੇ ਵਿੱਚ, ਇਹਨਾਂ ਪਦਵੀਆਂ ਦਾ ਅਤੇ ਤਖਤ ਸਾਹਿਬਾਨਾਂ ਦਾ ਬਹੁਤ ਵੱਡਾ ਸਨਮਾਨ ਹੈ। ਏਡੀਆਂ ਵੱਡੀਆਂ ਸਾਡੀਆਂ ਇਹਨਾਂ ਪਦਵੀਆਂ ਦੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਜ਼ਿੰਮੇਵਾਰੀਆਂ ਨਾਲ ਜਦੋਂ ਵੀ ਕੋਈ ਕੁਤਾਹੀ ਕਰਦਾ ਹੈ ਤਾਂ ਫਿਰ ਮੀਰੀ ਪੀਰੀ ਦਾ ਮਾਲਕ ਉਹ ਕੁਤਾਹੀ ਕਰਨ ਵਾਲੇ ਨੂੰ ਫਿਰ ਉਸ ਲਾਈਨ 'ਚ ਖੜਾ ਕਰਕੇ ਉਹੋ ਜਿਹੀ ਸਜ਼ਾ ਦੇ ਦਿੰਦਾ। ਕੀ ਲੱਗਦਾ ਬਾਬਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫੀਆਂ ਮੰਗਦੇ ਨੇ, ਕਿ ਲੱਗਦਾ ਵੀ ਪੰਥ ਉਹਨਾਂ ਨੂੰ ਮਾਫ਼ ਕਰ ਦੂਗਾ ਹੁਣ? ਨਹੀਂ, ਪਹਿਲੀ ਗੱਲ ਤਾਂ ਉਹ ਗੁੰਮਰਾਹ ਕਰ ਰਹੇ, ਮਾਫ਼ੀ ਮੰਗੀ ਨਹੀਂ ਅੱਜ ਤੱਕ ਕਦੇ ਵੀ ਉਹਨਾਂ ਨੇ ਲਿਖਤੀ ਰੂਪ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕੋਈ ਪੱਤਰ ਨਹੀਂ ਦਿੱਤਾ ਜਿਹਦੇ ਕਰਕੇ ਉਹਨੂੰ ਤਲਬ ਕੀਤਾ ਗਿਆ ਹੋਵੇ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੋ ਲਫ਼ਜ਼ ਵੀ ਕਹੇ ਹੋਣ ਵੀ ਤੁਸੀਂ ਅਕਾਲ ਤਖਤ ਸਾਹਿਬ 'ਤੇ ਆਏ ਹਾਂ ਅਤੇ ਤੁਹਾਡੀਆਂ ਗਲਤੀਆਂ ਦੀ ਮੁਆਫ਼ੀ ਦਿੰਦੇ ਹਾਂ। ਜੇ ਕੋਈ ਕਾਤਲ ਹੋਵੇ ਅਤੇ ਹਾਈਕੋਰਟ ਦੇ ਬਾਹਰ ਜਾ ਕੇ ਖੜਾ ਹੋ ਕੇ ਹੱਥ ਜੋੜ ਕੇ ਕਹਿ ਦੇਵੇ ਕਿ ਮੈਂ ਹਾਈਕੋਰਟ ਤੋਂ ਮਾਫ਼ੀ ਮੰਗਦਾ ਹੈ, ਜਿਹੜੇ ਜਿਹੜਾ ਕਤਲ ਹੋਇਆ ਮੇਥੋਂ ਗਲਤੀ ਹੋ ਗਈ, ਅਤੇ ਕੀ ਉਹਨੂੰ ਮਾਫ਼ੀ ਮਿਲ ਜਾਂਦੀ ਹੈ? ਇਹ ਤਾਂ ਅਕਾਲ ਤਖਤ ਦੇ ਪਿਛਲੇ ਪਾਸੇ ਜਾ ਕੇ ਇਹਨਾਂ ਨੇ ਅਡੰਬਰ ਕੀਤਾ ਕਿ ਅਸੀਂ ਅਕਾਲ ਤਖਤ ਤੋਂ ਮਾਫ਼ੀ ਮੰਗ ਲਈ। ਇਹ ਕਦੇ ਕਦਾ ਚਿੱਤ ਵੀ ਦੇਖੋ, ਇੱਥੇ ਤਾਂ ਮਨ ਸਾਫ਼ ਕਰਕੇ, ਨਿਮਰਤਾ ਧਾਰਨ ਕਰਕੇ, ਪਦਵੀਆਂ ਦਾ ਤਿਆਗ ਕਰਕੇ, ਹੰਕਾਰ ਛੱਡ ਕੇ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਇਆ ਜਾਵੇ, ਫਿਰ ਅਕਾਲ ਤਖਤ ਦਾ ਜਥੇਦਾਰ ਅਤੇ ਪੰਥ ਮਾਫ਼ ਕਰ ਦਿੰਦਾ।